ਈਵਨ ਪੰਜਾਬੀ ਤੇ ਐਵਨ ਨਿਊਜ਼ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ ਦੋਸਤੋ। ਇਹਨਾਂ ਦਿਨਾਂ ਵਿੱਚ ਭਗਵੰਤ ਮਾਨ ਕੁਛ ਬਦਲੇ ਨਜ਼ਰ ਆ ਰਹੇ ਨੇ, ਔਰ ਜੋ ਗੱਲ ਕਰਨ ਦਾ ਉਹਨਾਂ ਦਾ ਪਹਿਲਾਂ ਸਟਾਈਲ ਸੀ, ਬੇਸ਼ੱਕ ਉਹ ਸੁਖਪਾਲ ਸਿੰਘ ਖਹਿਰਾ ਦੇ ਉੱਪਰ ਇਲਜ਼ਾਮ ਲਾ ਰਹੇ ਸੀ ਜਾਂ ਕਿਸੇ ਵੀ ਪਾਰਟੀ ਦੇ ਉੱਪਰ ਇਲਜ਼ਾਮ ਲਾਉਂਦੇ ਸੀ, ਲੇਕਿਨ ਉਸ ਦੇ ਵਿੱਚ ਕਾਫੀ ਬਦਲਾਵ ਆਇਆ ਹੈ। ਲੇਕਿਨ ਭਗਵੰਤ ਮਾਨ ਸਾਹਿਬ ਇੱਕਦਮ ਇਹ ਸਾਰਾ ਕੁਛ ਕਿਵੇਂ ਹੋਇਆ ਇਹ ਵੀ ਤੁਹਾਨੂੰ ਦੱਸਾਂਗੇ। ਲੇਕਿਨ ਉਸ ਤੋਂ ਪਹਿਲਾਂ ਸਿਮਰਜੀਤ ਸਿੰਘ ਬੈਂਸ ਨੇ ਭਗਵੰਤ ਮਾਨ ਦੇ ਬਦਲੇ ਹੋਣ ਬਾਰੇ ਕੁਛ ਕਿਹਾ ਹੈ, ਸੁਣੋ ਤੁਸੀਂ ਵੀ। ਮੈਂ ਭਗਵੰਤ ਮਾਨ ਸਾਡਾ ਭਰਾ, ਮੈਂ ਬੜੀ ਵਾਰੀ ਉਹਨੂੰ ਅਪੀਲ ਕੀਤੀ ਹੈ ਵੀ ਬਜ਼ੁਰਗਾਂ ਦਾ ਕਹਿਣਾ ਕਿ ਜਿਹੜਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਵਾਪਸ ਆ ਜਾਵੇ, ਉਹਨੂੰ ਭੁੱਲਿਆ ਨਹੀਂ ਗਿਣਦੇ। ਤੁਹਾਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ, ਤੁਹਾਨੂੰ ਦਿੱਲੀ ਦੇ ਲੋਕਾਂ ਨੇ ਵੋਟਾਂ ਨਹੀਂ ਪਾਈਆਂ, ਤੁਹਾਨੂੰ ਪੰਜਾਬੀਆਂ ਨੇ ਵੋਟਾਂ ਪਾਈਆਂ ਨੇ। ਅਵਾਦੇ ਖਲਕ ਨਗਾੜਾ ਏ ਖੁਦਾ। ਮੈਂ ਭਗਵੰਤ ਮਾਨ ਨੂੰ ਸਾਡਾ ਭਰਾ ਹੈਗਾ, ਬੜੀ ਵਾਰੀ ਅਪੀਲ ਕੀਤੀ ਆ ਵੀ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਵਾਪਸ ਆ ਜਾਵੇ, ਉਹਨੂੰ ਭੁੱਲਿਆ ਨਹੀਂ ਗਿਣਦੇ। ਵਾਪਸ ਆਇਆ ਭਗਵੰਤ ਮਾਨ, ਉਹ ਸੁਖਪਾਲ ਖਹਿਰਾ ਨੂੰ ਭਰਾ ਦੱਸ ਕੇ ਗੱਲ ਕਰ ਰਿਹਾ, ਬੜੀ ਚੰਗੀ ਗੱਲ ਹੈ। ਮੇਰੇ ਤਾਂ ਐਵੇਂ ਗੱਲ ਪੈਂਦੇ ਆ ਵੀ ਬੈਂਸ ਨੇ ਸਾਡੀ ਪਾਰਟੀ ਤੋੜਤੀ। ਮੈਂ ਤਾਂ ਹੁਣ ਕਹਿੰਦਾ ਵੀ ਇਕੱਠੇ ਹੋ ਜਾਣ, ਸਾਨੂੰ ਬੜੀ ਖੁਸ਼ੀ ਹੈ। ਇਕੱਠੇ ਹੋ ਕੇ ਪੰਜਾਬ ਵਾਸਤੇ, ਪੰਜਾਬ ਦੇ ਅੰਦਰ ਜਿਹੜੀਆਂ ਮਾੜੀਆਂ ਅਲਾਮਤਾਂ ਨੇ, ਪੰਜਾਬ ਦੇ ਅੰਦਰ ਜਿਹੜਾ ਮਾਫੀਆ ਬਣਿਆ ਹੋਇਆ, ਪੰਜਾਬ ਦੇ ਅੰਦਰ ਜਿਹੜਾ ਰਿਸ਼ਵਤਖੋਰੀ ਦਾ ਬੋਲਬਾਲਾ, ਉਹਦੇ ਵਰਖਿਲਾਫ ਇਕੱਠੇ ਹੋ ਜਾਣ, ਮੇਰਾ ਮਨ ਅਤੇ ਦਿਲ ਪੂਰਾ ਖੁਸ਼। ਅੱਜ ਭਗਵੰਤ ਮਾਨ ਵਾਪਸ ਆਏ ਕਿਉਂਕਿ ਉਹਨਾਂ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਮੱਛੀ ਪੱਥਰ ਚੱਟ ਕੇ ਵਾਪਸ ਆਈ ਹੈ। ਅਤੇ ਜੇ ਸਵੇਰ ਦਾ ਭੁੱਲਿਆ ਫਿਰ ਕਹੂੰ ਸ਼ਾਮ ਨੂੰ ਘਰੇ ਵਾਪਸ ਆ ਗਿਆ, ਭੁੱਲਿਆ ਨਹੀਂ ਭਗਵੰਤ ਮਾਨ। ਫਿਰ ਮੈਂ ਕਹੂੰਗਾ ਕਿ ਉਹ ਪੰਜਾਬੀਆਂ ਦੇ ਕਹੇ 'ਤੇ ਜੇ ਸੁਖਪਾਲ ਖਹਿਰਾ ਹੋਰਾਂ ਦੇ ਨਾਲ ਸੁਲਾਹ ਕਰਨੀ ਚਾਹੁੰਦਾ ਤਾਂ ਬਹੁਤ ਚੰਗੀ ਗੱਲ ਹੈ। ਔਰ ਦੋਸਤੋ ਇੱਥੇ ਹੀ ਬਸ ਨਹੀਂ ਹੈ, ਔਰ ਇਸ ਤੋਂ ਇਲਾਵਾ ਭਗਵੰਤ ਮਾਨ ਨੇ ਵੀ ਕਿਹਾ ਹੈ ਕਿ ਪਾਰਟੀ ਤਾਂ ਨਹੀਂ ਚਾਹੁੰਦੀ ਕਿ ਪਾਰਟੀ ਦੋਫਾੜ ਹੋਵੇ। ਹਾਲਾਂਕਿ ਉਹਨਾਂ ਨੇ ਕਿਹਾ ਕਿ ਅਸੀਂ ਸੁਖਪਾਲ ਸਿੰਘ ਖਹਿਰਾ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਔਰ ਜਿਹੜੀ ਇਹ ਘਰ ਦੇ ਵਿੱਚ ਮਾੜਾ ਮੋਟਾ ਕਲੇਸ਼ ਹੈ ਇਹ ਤਾਂ ਹਰ ਘਰਾਂ 'ਚ ਹੁੰਦਾ ਹੈ, ਲੇਕਿਨ ਅਸੀਂ ਬੈਠ ਕੇ ਸੁਲਝਾਉਣ ਦੀ ਕੋਸ਼ਿਸ਼ ਕਰਾਂਗੇ। ਲੇਕਿਨ ਅੰਦਾਜ਼ ਕੁਛ ਅਲੱਗ ਸੀ ਉਹਨਾਂ ਦੀ, ਯਾਨੀ ਕਿ ਜਿਹੜੀ ਬੋਡੀ ਸਟਰਕਚਰ ਸੀ ਉਹ ਕੁਛ ਅਲੱਗ ਤਰ੍ਹਾਂ ਦਾ ਨਜ਼ਰ ਆ ਰਿਹਾ ਸੀ। ਸ਼ਾਇਦ ਹੋ ਸਕਦਾ ਹੈ ਕਿ ਹਾਈ ਕਮਾਂਡ ਵੱਲੋਂ ਉਹਨਾਂ ਨੂੰ ਕੋਈ ਸੁਨੇਹਾ ਆਇਆ ਹੋਵੇ ਕਿ ਤੁਸੀਂ ਕਮ ਸੇ ਕਮ ਇਸ ਜਿਹੜਾ ਕਲੇਸ਼, ਜਿਹੜਾ ਚੱਲ ਰਿਹਾ ਕਲੇਸ਼ ਹੈ, ਇਸ ਨੂੰ ਸਮਾਪਤ ਕਰੋ। ਭਗਵੰਤ ਮਾਨ ਨੇ ਕੀ ਕਿਹਾ, ਸੁਣੋ ਤੁਸੀਂ ਵੀ। ਬਠਿੰਡਾ ਕਨਵੈਨਸ਼ਨ ਤੱਕ ਗੱਲ ਜਾਣੀ ਨਹੀਂ ਚਾਹੀਦੀ ਸੀ, ਚਲੋ ਹੋ ਗਿਆ, ਪਾਸਟ ਇਜ਼ ਪਾਸਟ, ਈਵਨ ਗੋਡ ਕਾਂਟ ਚੇਂਜ ਪਾਸਟ, ਰੱਬ ਵੀ ਲੰਘੇ ਹੋਏ ਸਮੇਂ ਨੂੰ ਬਦਲ ਨਹੀਂ ਸਕਦਾ। ਪਰਿਵਾਰਾਂ 'ਚ ਵੀ ਆਪਣੇ ਝਗੜੇ ਹੋ ਜਾਂਦੇ ਨੇ, ਸਹਿਮਤੀਆਂ ਲੋਕਤੰਤਰ 'ਚ ਚੱਲਦੀਆਂ ਰਹਿੰਦੀਆਂ। ਸੋ ਮੈਂ ਚਾਹੁੰਦਾ ਕਿ ਪੰਜਾਬ ਦੇ ਲੋਕਾਂ ਨੂੰ ਉਮੀਦ ਹੈਗੀ ਹੈ ਪਾਰਟੀ ਤੋਂ ਹਜੇ ਵੀ, ਕਿਉਂਕਿ ਉਹ ਦੋਨੇ ਕਈ ਵਾਰੀ ਪਰਖ ਲਏ। ਸੋ ਮੈਂ ਚਾਹੁੰਦਾ ਕਿ ਜੇ ਕਿਤੇ ਦੁਬਾਰਾ ਇੱਕੀ ਦੀ ਗੱਲ ਚੱਲਦੀ ਹੈ, ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਯਤਨ ਸ਼ੁਰੂ ਹੋ ਗਏ ਨੇ, ਔਰ ਬੜੀ ਜਲਦੀ ਤੁਹਾਨੂੰ ਅਸੀਂ ਉਹਦਾ ਅਪਡੇਟ ਵੀ ਕਰ ਦਾਂਗੇ। ਮੈਨੂੰ ਉਮੀਦ ਹੈ ਕਿ ਦੁਬਾਰਾ ਇਕੱਠੇ ਹੋ ਕੇ ਅਸੀਂ ਲੜਾਈ ਲੜੀਏ, ਕੋਈ ਗੱਲ ਨਹੀਂ, ਝਗੜੇ ਹੋ ਜਾਂਦੇ ਨੇ। ਬਿਲਕੁਲ ਜੀ, ਅੱਛੀ ਗੱਲ ਹੈ, ਬਹੁਤ ਅੱਛੀ ਗੱਲ ਹੈ। ਔਰ ਖਾਸ ਕਰਕੇ ਜੇ ਗੱਲ ਕਰੀਏ ਤਾਂ ਇਹਨਾਂ ਦਿਨਾਂ ਵਿੱਚ ਭਗਵੰਤ ਮਾਨ ਜਿਹੜੇ ਕਿ ਕਾਫੀ ਸਿਕਿਉਰਿਟੀ ਦੇ ਵਿੱਚ ਪਿੰਡਾਂ ਦਾ ਦੌਰਾ ਕਰਦੇ ਨੇ, ਔਰ ਸ਼ਾਇਦ ਇਹ ਸਾਰਾ ਕੁਛ ਬਦਲਣ ਦਾ ਇੱਕ ਤਰੀਕਾ ਮੈਨੂੰ ਮੈਨੂੰ ਲੱਗ ਰਿਹਾ ਕਿ ਜਿਹੜਾ ਪਿੰਡਾਂ ਦੇ ਵਿੱਚੋਂ ਭਗਵੰਤ ਮਾਨ ਦਾ ਵਿਰੋਧ ਹੋ ਰਿਹਾ, ਸ਼ਾਇਦ ਉਸ ਤੋਂ ਪਰੇਸ਼ਾਨ ਨੇ ਭਗਵੰਤ ਮਾਨ। ਉਹੀ ਭਗਵੰਤ ਮਾਨ ਜਿਹੜਾ ਕਦੇ ਕਹਿੰਦੇ ਹੁੰਦੇ ਸੀ ਕਿ ਸਾਨੂੰ ਸਿਕਿਉਰਿਟੀ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਪੰਜਾਬ ਦੇ ਲੋਕ ਹੀ ਸਾਡੀ ਸਿਕਿਉਰਿਟੀ ਨੇ। ਸਭ ਤੋਂ ਵੱਡੀ ਗੱਲ ਇਹ ਹੈ ਦੋਸਤੋ ਕਿ ਉਹੀ ਭਗਵੰਤ ਮਾਨ ਅੱਜ ਪਿੰਡਾਂ ਦੇ ਵਿੱਚ ਜਦੋਂ ਵਿਚਰਦਾ ਹੈ ਤਾਂ ਉਸ ਦੇ ਨਾਲ ਬਾਉਂਸਰ ਹੁੰਦੇ ਨੇ, ਸਿਕਿਉਰਿਟੀ ਹੁੰਦੀ ਹੈ, ਔਰ ਇੱਥੋਂ ਤੱਕ ਕਿ ਇੱਕ ਬੱਸ ਵੀ ਹੁੰਦੀ ਹੈ। ਆਖਰ ਇਹੋ ਜਿਹਾ ਕਰਨ ਦੀ ਕਿਉਂ ਜ਼ਰੂਰਤ ਪਈ ਹੈ? ਪ੍ਰੋਗਰਾਮ ਦੇ ਅੰਤ 'ਚ ਕਮੈਂਟ ਕਰਿਆ ਕਰੋ, ਚੰਗੀ ਭਾਸ਼ਾ 'ਚ ਕਰਿਆ ਕਰੋ, ਵਲਗਰ ਭਾਸ਼ਾ ਦਾ ਇਸਤੇਮਾਲ ਨਾ ਕਰਿਆ ਕਰੋ। ਜੇਕਰ ਤੁਹਾਡੇ ਕੋਲ ਵੀ ਕੋਈ ਖਬਰ ਹੈ, ਉਸ ਦੀ ਜਾਣਕਾਰੀ ਹੈ, ਤਾਂ ਮੇਲ ਕਰੋ aonlivepunjab@gmail.com। ਜੇ ਸੰਪਰਕ ਕਰਨਾ ਚਾਹੁੰਦੇ ਹੋ 6280-3837-29 'ਤੇ ਕਰ ਸਕਦੇ ਹੋ। ਔਰ ਦੋਸਤੋ ਏਵਨ ਪੰਜਾਬੀ ਅਤੇ ਏਵਨ ਨਿਊਜ਼ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਫੋਰ ਆਲ ਅਪਡੇਟਡ ਨਿਊਜ਼ ਪਲੀਜ਼ ਸਬਸਕ੍ਰਾਈਬ ਏਵਨ ਨਿਊਜ਼ ਐਂਡ ਕਲਿੱਕ ਦ ਬੈਲ ਆਈਕਨ।